ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਟੱਡਾ ਹਰਵਿੰਦਰ ਸਿੰਘ ਹਰਵਿੰਦਰ ਬਲੌਗ ਤੋਂ ਅੱਜ ਬੜੇ ਦਿਨਾਂ ਬਾਅਦ ਵੀਡੀਓ ਬਣਾਉਣ ਲੱਗੇ ਹਾਂ। ਥੋੜ੍ਹੀ ਦਿੱਕਤ ਆ ਗਈ ਸੀ ਉਸ ਚੱਕਰ 'ਚ, ਅਤੇ ਬਾਕੀ ਅੱਜ ਵੀਡੀਓ ਬਣਾਉਣ ਦਾ ਮੇਰਾ ਇੱਕ ਮਕਸਦ ਇਹ ਸੀ। ਕੱਲ੍ਹ ਪਰਸੋਂ ਹੀ ਮੈਂ ਡਾਕਟਰ ਲੈ ਕੇ ਜਾਣ ਦਿਆਂ ਹਾਂ ਪਿੰਡ ਵੱਲ ਨੂੰ, ਅਤੇ ਚੱਕਰ ਇਹ ਪੈ ਗਿਆ ਮੇਰਾ ਧਿਆਨ ਨਹੀਂ ਰਿਹਾ। ਇੱਕ ਤਾਂ ਮੈਂ ਸੂਈ ਵੱਲ ਨਹੀਂ ਵੇਖਿਆ ਡੀਜ਼ਲ ਦੀ, ਜਿਹੜਾ ਸਾਨੂੰ ਵੇਖਣਾ ਵੀ ਚਾਹੀਦਾ, ਅਤੇ ਦੂਜਾ ਇਹ ਸੀ ਵੀ ਆਪਣਾ ਇੱਥੇ ਲੇਬਰ ਲੱਗੀ ਸੀ, ਉਹਨਾਂ ਨੂੰ ਜਨਰੇਟਰ ਤੇਲ ਪਾਉਣ ਦੀ ਜ਼ਰੂਰਤ ਪੈ ਗਈ, ਉਹਨਾਂ ਟਰੈਕਟਰ ਵਿੱਚੋਂ ਕੱਢ ਲਿਆ, ਦੱਸਿਆ ਹੈ ਨਹੀਂ ਉਹਨਾਂ ਨੇ। ਅਤੇ ਜਾਂਦੇ ਪਏ ਹਾਂ, ਰਸਤੇ 'ਚ ਟਰੈਕਟਰ ਹੋ ਗਿਆ ਬੰਦ ਅਤੇ ਹਵਾ ਲੈ ਗਿਆ, ਜੋ ਨਹੀਂ ਸੀ ਲੈਣਾ ਚਾਹੀਦਾ, ਕਿਉਂਕਿ ਰੋਟਰੀ ਪੰਪ ਇਹ ਛੇਤੀ ਖਰਾਬ ਹੋ ਜਾਂਦੇ ਨੇ, ਹਵਾ ਲੈਣ ਦੇਣੀ ਚਾਹੀਦੀ ਨਹੀਂ ਇਹਨਾਂ ਨੂੰ। ਅਤੇ ਰੋਟਰੀ ਪੰਪ ਦਾ ਇੱਕ ਨੁਕਸਾਨ ਇਹ ਵੀ ਹੈ, ਜੇ ਬਾਈ ਚਾਂਸ ਹਵਾ ਲੈ ਗਿਆ ਤਾਂ ਫਿਰ ਹਵਾ ਕਢਾਉਣੀ ਬਹੁਤ ਔਖੀ ਹੋ ਜਾਂਦੀ ਹੈ ਇਹਦੀ। ਮੈਨੂੰ ਪਤਾ ਨਹੀਂ ਸੀ, ਨਵਾਂ ਨਵਾਂ ਹੀ ਲਿਆ, ਰੋਟਰੀ ਪੰਪ ਕਦੀ ਵਰਤੇ ਨਹੀਂ, ਪਹਿਲਾਂ ਹੀਟਰ ਸੀ ਉਹ ਇਨਲੈਂਡ ਪੰਪ ਦੇ ਵਿੱਚ ਸੀ, ਉਹ ਤਾਂ ਪੰਪ ਮਾਰੋ ਹਵਾ ਨਿਕਲ ਜਾਂਦੀ ਹੈ। ਪਰ ਫਿਰ ਮੈਂ ਯੂਟਿਊਬ ਖੋਲ੍ਹਿਆ, ਮੈਂ ਚਲੋ ਯੂਟਿਊਬ 'ਤੇ ਨਾ ਕੋਈ ਕਢਾਉਂਦਾ ਹੋਵੇ, ਕੋਈ ਪਤਾ ਲੱਗ ਹੀ ਜਾਂਦਾ ਕਿਸੇ ਨੇ ਕਢਾਈ ਹੋਵੇ, ਤਾਂ ਪਰ ਉਸ ਯੂਟਿਊਬ 'ਤੇ ਮੈਨੂੰ ਕੋਈ ਵੀਡੀਓ ਐਸੀ ਨਹੀਂ ਮਿਲੀ ਜਿਹਦੇ 'ਤੇ ਮੈਨੂੰ ਪਤਾ ਲੱਗ ਸਕੇ ਕਿ ਟਰੈਕਟਰ ਦੀ ਹਵਾ ਕਿਵੇਂ ਕਢਾਉਣੀ ਹੈ। ਫਿਰ ਜੀ ਇੱਕ ਮਿਸਤਰੀ ਨੂੰ ਫੋਨ ਕੀਤਾ, ਉਹਨੇ ਸਾਨੂੰ ਦੱਸਿਆ ਅਤੇ ਆ ਜਾਓ, ਤੁਹਾਨੂੰ ਵੀ ਦੱਸਦੇ ਹਾਂ। ਵੈਸੇ ਕਈਆਂ ਨੂੰ ਪਤਾ ਹੀ ਹੋਏਗਾ ਕਿਉਂਕਿ ਵੱਡੇ ਵੱਡੇ ਬੈਠੇ ਨੇ ਜੀ, ਸਾਡੇ ਕੋਲ ਤਾਂ ਨਵਾਂ ਨਵਾਂ ਹੁਣੀ ਆਇਆ, ਹਾਲੇ ਜ਼ਿਆਦਾ ਟਾਈਮ ਨਹੀਂ ਹੋਇਆ। ਅੱਛਾ ਜੀ, ਇਹਦੀ ਹਵਾ ਕਢਾਉਣ ਦਾ ਇੱਕੋ ਹੀ ਪੁਆਇੰਟ ਹੈ ਜੀ, ਆ ਜਾਓ ਤੁਹਾਨੂੰ ਵਿਖਾਈਏ। ਵੇਖੋ ਜੀ, ਇਹਦੀ ਹਵਾ ਕਢਾਉਣ ਦਾ ਤੁਹਾਨੂੰ ਇੱਥੇ ਪੰਪ 'ਤੇ ਕੋਈ ਸਿਸਟਮ ਨਹੀਂ ਮਿਲਣਾ, ਰੋਟਰੀ ਪੰਪ ਹੈ। ਅਤੇ ਇਹਦੇ ਕਢਾਉਣ ਦਾ ਸਾਨੂੰ ਇੱਕ ਚੀਜ਼ ਚਾਹੀਦੀ, ਇੱਕ 17 ਨੰਬਰ ਦੀ ਚਾਬੀ ਹੋਏ, ਠੀਕ ਹੈ ਜੀ, 17 ਨੰਬਰ ਦੀ ਚਾਬੀ ਹੋਏ। ਦੂਜਾ ਜੀ ਆਪਣਾ ਤੁਹਾਨੂੰ ਵਿਖਾਉਂਦੇ ਹਾਂ, ਇਹ ਆਹ ਨੌਜਲਾਂ ਨੇ ਜੀ ਇਹਦੀਆਂ ਤਿੰਨ, ਆਹ ਤੁਸੀਂ ਦੇਖ ਸਕਦੇ ਹੋ, ਇਹ ਆਹ ਨੌਜਲਾਂ ਨੇ, ਤਿੰਨ ਨੌਜਲਾਂ ਨੇ, ਅਸੀਂ ਇਹਨਾਂ ਨੂੰ ਢਿੱਲੇ ਕਰ ਲੈਣਾ 17 ਨੰਬਰ ਚਾਬੀ ਨਾਲ, ਠੀਕ ਹੈ ਜੀ। ਅਤੇ ਇਹਨਾਂ ਨੂੰ ਢਿੱਲਿਆਂ ਕਰਕੇ ਥੋੜ੍ਹੇ ਨੱਟ ਸਾਰੇ ਲੂਜ਼ ਕਰ ਲੈਣੇ ਨੇ, ਅਤੇ ਫਿਰ ਅਸੀਂ ਪਿੱਛੋਂ ਸਲਮ ਮਾਰਨਾ ਤੇਲ ਪਾ ਕੇ ਵਿੱਚ, ਪਹਿਲਾਂ ਤੇਲ ਪਾ ਲੈਣਾ ਕਿ ਉਸ ਅਸੀਂ ਸਲਮ ਨਹੀਂ ਮਾਰੀ ਹੋਣੇ, ਤੇਲ ਪਾ ਕੇ ਫਿਰ ਸਲਮ ਮਾਰਨਾ, ਸਲਮ ਮਾਰ ਕੇ ਸਾਰਿਆਂ ਵਿੱਚੋਂ ਆਪਣਾ ਨਾ ਤੇਲ ਬਾਹਰ ਪ੍ਰੈਸ਼ਰ ਨਾਲ ਆਉਣ ਲੱਗ ਪਏਗਾ, ਅਤੇ ਫਿਰ ਉਹਨਾਂ ਨੂੰ ਹੌਲੀ ਹੌਲੀ ਇਕੱਲੇ ਇਕੱਲੇ ਨੂੰ ਕਰਕੇ ਟਾਈਟ ਕਰ ਦੇਣਾ, ਅਤੇ ਫਿਰ ਆਪਣਾ ਇਹਦੀ ਹਵਾ ਨਿਕਲ ਜਾਏਗੀ ਜੀ। ਹੋਰ ਕੋਈ ਰਸਤਾ ਨਹੀਂ, ਹਵਾ ਕਢਾਉਣ ਦਾ ਛਿੱਕਾ ਹੋ ਵੀ ਸਕਦਾ, ਕੋਈ ਦੂਜਾ ਵੀ ਹੋਏ, ਪਰ ਜਿੱਥੇ ਤੱਕ ਮੈਨੂੰ ਆਪਣਾ ਹੁਣ ਪਤਾ ਲੱਗਾ ਅਤੇ ਉਹ ਹਿਸਾਬ ਨਾਲ, ਅਤੇ ਆ ਮੈਂ ਤਾਂ ਤੁਹਾਨੂੰ ਜੋ ਨੌਲੇਜ ਮੇਰੇ ਕੋਲ ਐਸੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕਦੀ ਕੋਈ ਬਾਈ ਚਾਂਸ ਕਰੀ ਤਾਂ ਵੈਸੇ ਰੱਬ ਨਾ ਕਰੇ ਦਿੱਕਤ ਆ ਜੇ, ਅਗਰ ਦਿੱਕਤ ਆ ਵੀ ਜਾਏ ਤਾਂ ਫਿਰ ਆਹੀ ਨੁਤਕਾ ਤੁਸੀਂ ਲਾ ਲਿਆ ਜੇ, 17 ਨੰਬਰ ਚਾਬੀ ਕੋਲ ਰੱਖੋ ਅਤੇ ਆਪਣਾ ਹਵਾ ਕਢਾ ਦਿਓ ਇਹਦੀ। ਅੱਛਾ ਵੀਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ, ਲਾਈਕ ਕਰ ਦਿਆ ਜੇ, ਵੀਡੀਓ ਨੂੰ ਸ਼ੇਅਰ ਕਰ ਦਿਆ ਜੇ, ਤਾਂ ਕਿ ਸਾਨੂੰ ਹੋਰ ਹੌਸਲਾ ਮਿਲੇ ਕੋਈ ਹੋਰ ਵੀਡੀਓ ਬਣਾਉਣ ਦਾ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।